ਅੱਛਾ ਕੋਈ ਫਿਲਮ ਦਾ ਪ੍ਰੋਗਰਾਮ ਹੈਗਾ ਕਰਨ ਦਾ ਫਿਲਮ ਮੈਂ ਇਨਸ਼ਾਅੱਲਾ ਤਾਲਾ ਜਾ ਰਿਹਾ ਵਾਂ ਜੂਨ 'ਚ ਕੈਨੇਡਾ ਅਤੇ ਜਿਹੜਾ ਰਾਤੀ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਯਾਰ ਬੱਬੂ ਰਾਣਾ ਫਿਲਮ ਕਰ ਗਿਆ ਇੱਥੇ ਮੇਰੇ ਉਹ ਮੈਂ ਪਰਸੋਂ ਕੀਤੀ ਉਹ ਓਏ ਹੋਏ ਉਹ ਹਟ ਨਹੀਂ ਸੀ ਰਿਹਾ ਇਹਨੇ ਭਾਅ ਜੀ ਤੁਸੀਂ ਤਾਂ ਇੱਕ ਫਿਲਮ ਕੀਤੀ ਫਲੋਪ ਨਹੀਂ ਹੋ ਗਈ ਜਿਹੜੀ ਸੀ ਸੀ ਟੀ ਵੀ ਕੈਮਰੇ 'ਤੇ ਬਣਾ ਬੈਠੇ ਸੀ ਸਾਰੀ ਗੱਲ ਉਹ ਭਾਈ ਜਿਨ੍ਹਾਂ ਦੇ ਕੈਮਰੇ ਰਿਕਾਰਡ ਹੋਈ ਉਹਨੇ ਦੱਸਣਾ ਤਾਂ ਹੈ ਉਹ ਯਾਰ ਜਿਹਦੇ ਤੇ ਕੈਮਰਾ ਕਾਰ ਦਾ ਨਹੀਂ ਲੱਗਾ ਹੁੰਦਾ ਬੈਕ ਵੇਖਣ ਵਾਲੇ ਇੱਕ ਦੋ ਸੀਨ ਤਾਂ ਉਹਦੇ ਤੇ ਵੀ ਕੀਤੇ ਆ ਆਹੋ ਮੈਂ ਪਿੱਛੇ ਖੜਾ ਸੀ ਉਹਨੇ ਫਿਲਮ ਬਣਾਈ ਗਿਆ ਅਖੀਰ ਮੇਰੇ ਗੱਡੀ ਉੱਤੇ ਚੜਾ ਉਹ ਯਾਰ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਕਿਉਂ ਉਹਨਾਂ ਨੇ ਵੀ ਬੈਸ ਉਹਨਾਂ ਨੇ ਤਾਂ ਤੁਹਾਨੂੰ ਆਪਣੇ ਵਾਲ ਖਿੱਚ ਲੈਣਾ ਇਹ ਤੁਸੀਂ ਉਹਨਾਂ ਨੂੰ ਯਾਰ ਤੁਸੀਂ ਵੱਡੇ ਆਰਟਿਸਟ ਹੋ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਬੁਲਾਇਆ ਤੁਹਾਨੂੰ ਜੀ ਜੀ ਉਹ ਦੋ ਗੱਲਾਂ ਕਰਦੇ ਤੁਸੀਂ ਉਧਰ ਨੂੰ ਕੁਰਸੀ ਮੋੜ ਵੈਸੇ ਤਾਂ ਕਹਿੰਦਾ ਤੁਸੀਂ ਕੀ ਸਬੂਤ ਤੋਂ ਆ ਰਹੇ ਕਿ ਮੈਂ ਵਾਕਈ ਰਾਣਾ ਵਾਂ